ਇਸ ਕਾਨਫਰੰਸ ਹਾਲ ਵਿੱਚ ਸਜੀ ਹੋਈ ਸਮੂਹ ਸਾਧ ਸੰਗਤ ਨੂੰ ਬਹੁਤ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਆਪ ਜੀ ਨੂੰ ਥੋੜਾ ਜਿਹਾ ਕੈਲੰਡਰਾਂ ਦੇ ਬਾਰੇ ਦੱਸਦਿਆਂ ਮੋٹے ਜੇ ਅਰਥਾਂ ਦੇ ਵਿੱਚ ਤੇ ਸੌਖੇ ਅਰਥਾਂ ਦੇ ਵਿੱਚ ਮੈਂ ਆਪਣੀ ਇੱਕ ਵਾਚ ਕੰਪਨੀ ਖੋਲੀ ਅੰਮ੍ਰਿਤ ਵਾਚ ਕੰਪਨੀ ਮੈਂ ਕੜੀਆਂ ਬਣਾਇਆ ਤੇ ਕੜੀਆਂ ਬਣਾ ਕੇ ਮੈਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੇਰੀ ਕੜੀ ਲਓ ਬਹੁਤ ਵਧੀਆ ਹੈ ਸਿੱਖੀ ਨਾਲ ਸੰਬੰਧਿਤ ਹੈ ਮੈਂ ਕਥਾਵਾਚਕਾਂ ਤੇ ਤੁਹਾਨੂੰ ਸਿੱਖਾਂ ਨੂੰ ਅੰਮ੍ਰਿਤ ਬਾਚੀ ਲੈਣੀ ਚਾਹੀਦੀ ਹੈ ਤੁਸੀਂ ਮੇਨਾਂ ਹੰਦਰਦੀ ਜ਼ਾਰ ਕੀਤੀ ਤੁਸੀਂ ਕਿਹਾ ਹਾਂ ਬਹੁਤ ਵਧੀਆ ਇੱਕ ਸੱਜਣ ਆਇਆ ਉਹਨੇ ਮੇਰੇ ਕੋਲ ਕੜੀ ਲਈ ਮੈਨੂੰ ਟਾਈਮ ਸੈੱਟ ਕਰਕੇ ਦੇ ਦਿੱਤਾ ਵੀ ਦੇਖੋ ਹੁਣ 3:30 ਵਜ ਗਏ ਨੇ ਮੈਂ 3:30 ਟਾਈਮ ਉਨੂੰ ਸੈੱਟ ਕਰਕੇ ਦੇ ਦਿੱਤਾ ਉਹ ਮੇਰੇ ਤੋਂ ਕੜੀ ਲੈ ਕੇ ਚਲਾ ਗਿਆ ਅਗਲੇ ਦਿਨ ਉਹਨੇ ਦੇਖਿਆ ਵੀ ਬਾਕੀ ਘੜੀਆਂ ਤੇ ਤੇ 3:30 ਵਜੇ ਹੋਏ ਨੇ ਪਰ ਮੇਰੀ ਘੜੀ ਤੇ 3:20 ਮਿੰਟ ਹੋਏ ਨੇ 10 ਮਿੰਟ ਪਿੱਛੇ ਚੱਲੀ ਗਈ ਉਸ ਤੋਂ ਅਗਲੇ ਦਿਨ ਉਹਨੇ ਦੇਖਿਆ ਕਿ ਜਦੋਂ 3:30 ਵਜੇ ਨੇ ਤੇ ਜਿਹੜੀ ਅੰਮ੍ਰਿਤ ਵਾਚ ਕੰਪਨੀ ਹੈ ਉਹ ਤੋਂ ਕੜੀ ਲਈ ਹੋਈ ਹੈ ਉਹਦੇ ਵਿੱਚ 3:10 ਮਿੰਟ ਹੋਏ ਨੇ ਉਹਨੇ ਫਿਰ ਤੀਜੇ ਦਿਨ ਦੇਖਿਆ ਤੀਜੇ ਦਿਨ ਦੇਖਿਆ ਵੀ ਜਦੋਂ ਸਾਢੇ 3 ਦਾ ਟਾਈਮ ਸੀ ਉਹਦੀ ਘੜੀ ਤੇ 3 ਵਜੇ ਸੀ ਉਹ ਸਮਝ ਗਿਆ ਵੀ ਇਹ 24 ਘੰਟਿਆਂ ਚ 10 ਮਿੰਟ ਪਿੱਛੇ ਜਾਂਦੀ ਹੈ ਤੇ ਤਿੰਨ ਦਿਨ ਦੇ ਵਿੱਚ ਇਹ ਅੱਧਾ ਘੰਟਾ ਪਿੱਛੇ ਚਲੀ ਜਾਂਦੀ ਹੈ ਉਹ ਮੇਰੇ ਕੋਲ ਆਇਆ ਆ ਕੇ ਕਹਿਣ ਲੱਗਾ ਪਾਈ ਸਾਹਿਬ ਜੀ ਆਪਣੀ ਘੜੀ ਰੱਖੂ ਆਪਣੇ ਕੋਲ ਤੇ ਮੈਨੂੰ ਹੋਰ ਕੋਈ ਦੇ ਦਿਓ ਟਾਈਟਨ ਦੀ ਘੜੀ ਦੇ ਦਿਓ ਰੋਲੈਕਸ ਦੀ ਘੜੀ ਦੇ ਦਿਓ ਸਿਕੋ 5 ਦੇ ਦਿਓ ਕੁਝ ਵੀ ਦੇ ਦਿਓ ਮੈਨੂੰ ਲਾਡੂ ਦੀ ਘੜੀ ਦੇ ਦਿਓ ਹੋਰ ਕੋਈ ਘੜੀ ਕੰਪਨੀ ਦੇ ਦੇ ਦਿਓ ਜਿਹੜਾ ਟਾਈਮ ਬਿਲਕੁਲ ਠੀਕ ਦੱਸਦੀ ਹੈ ਮੈਂ ਇਹ ਘੜੀ ਨਹੀਂ ਲੈਣੀ ਹੁਣ ਮੈਨੂੰ इमोशनल ਬਲੈਕਮੇਲ ਕਰਦਾ ਵਾਂ ਦੇਖ ਸਿੱਖੀ ਦਾ ਪ੍ਰਚਾਰ ਕਿਵੇਂ ਹੋਏਗਾ ਗੁਰਮਰਦਾ ਦਾ ਪ੍ਰਚਾਰ ਕਿਵੇਂ ਹੋਏਗਾ ਜਾਨੀ ਸਿੰਘਾਂ ਦਾ ਸਤਕਾਰ ਕਿਵੇਂ ਹੋਏਗਾ ਤੈਨੂੰ ਇਹ ਘੜੀ ਲੈਣੀ ਚਾਹੀਦੀ ਹੈ ਇਹ ਅੰਮ੍ਰਿਤ ਵਾਚ ਚ ਹੈ ਇੱਕ ਕਥਾਵਾਚ ਨੇ ਮਿਲਾਈ ਹੈ ਤੂੰ ਲੈਣੀ ਚਾਹੀਦੀ ਹੈ ਉਹ ਕਹਿੰਦਾ ਮੈਂ ਕੀ ਕਰਾਂ ਕਿਉਂਕਿ ਤਿੰਨ ਦਿਨ ਬਾਅਦ ਤਾਂ ਘੰਟਾ ਪਿੱਛੇ ਚਲੀ ਜਾਂਦੀ ਹੈ ਮੈਂ ਕਹਿੰਦਾ ਕੋਈ ਨਹੀਂ ਤੇ ਇਦਾਂ ਕਰਿਆ ਕਰ ਤੂੰ 3 ਦਿਨ ਬਾਅਦ ਮੇਰੇ ਕੋਲ ਆ ਜਾ ਕਰ ਮੈਂ ਤੇਰੀ ਕੜੀ ਸੈੱਟ ਕਰ ਦਿਆ ਕਰਾਂਗਾ ਜਦੋਂ 3 ਦਿਨ ਹੋ ਜਾਣਗੇ 3 ਦਿਨ ਬਾਅਦ ਮੇਰੇ ਕੋਲ ਆ ਜਾ ਕਰ ਮੈਂ ਤੇਰੀ ਕੜੀ ਬਿਲਕੁਲ ਠੀਕ ਕਰ ਦਿਆ ਕਰਾਂਗਾ ਕੈਲੰਡਰ ਦੀ ਸਾਇੰਸ ਇਸੇ ਤਰ੍ਹਾਂ ਹੈ ਇੱਕ ਹੈ ਬਿਕਰਮੀ ਕੈਲੰਡਰ ਜਿਹੜਾ ਸੂਰਜੀ ਤਰੀਕਾ ਤੇ ਆਧਾਰ ਤੇ ਬਣਿਆ ਹੁੰਦਾ ਹੈ ਇੱਕ ਹੈਗਾ ਹਿਜਰੀ ਕੈਲੰਡਰ ਜਿਹੜਾ ਚੰਦਰਮਾ ਦੇ ਬੇਸ ਤੇ ਬਣਿਆ ਹੁੰਦਾ ਹੁਣ ਚੰਦਰਮਾ ਦੀਆਂ ਜਿਹੜੀਆਂ ਤਰੀਕਾ ਨੇ ਸਾਲ ਵਿੱਚ 12 ਮਹੀਨਿਆਂ ਦੇ ਵਿੱਚ ਜਿਹੜੀਆਂ ਆਉਂਦੀਆਂ ਨੇ ਇੱਕ ਚੇਤ ਤੋਂ ਲੈ ਕੇ ਫੱਗਣ ਦੀ ਪੁੰਨਿਆ ਤੱਕ ਇਹ ਵਧੀ ਸੁਧੀ ਵਾਲੀਆਂ ਤਰੀਕਾ ਹੁੰਦੀਆਂ ਨੇ ਚੇਤ ਵਦੀ ਇੱਕ ਚੇਤ ਵਦੀ ਦੋ ਚੇਤ ਵਦੀ ਤਿੰਨ ਇਸ ਤਰ੍ਹਾਂ ਏਕਮ ਦੂਜ ਦੀ ਚੌਥ ਕਰਦਿਆਂ ਕਰਦੇ ਆ ਕਾਸ਼ੀ ਦਵਾਸ਼ੀ ਤਰੋਚੀ ਤੋਦਸ਼ੀਤੇ ਮਸਿਆ ਉਸ ਤੋਂ ਅੱਗੇ ਸ਼ੁਰੂ ਹੋ ਜਾਂਦੀ ਹੈ ਚੇਤ ਸੁਧੀ 1 2 3 ਫਿਰ ਉਹ ਪੁੰਨਿਆ ਤੇ ਜਾ ਕੇ ਖਤਮ ਹੁੰਦੀ ਹੈ ਪਰ ਕਮਾਲ ਦੀ ਗੱਲ ਹੀ ਹੈ ਵੀ ਇਹਦੇ ਵਿੱਚ ਕਦੀ ਇੱਕੋ ਦਿਨ ਵਿੱਚ ਦੋ ਤਰੀਕਾਂ ਆ ਜਾਂਦੀਆਂ ਨੇ ਤੇ ਕਦੀ ਦੋ ਦਿਨਾਂ ਦੇ ਵਿੱਚ ਇੱਕੋ ਤਰੀਕ ਆਦੀ ਹੈ ਉਦਾਹਰਨ ਦੇ ਤੌਰ ਤੇ ਅੱਜ 26 ਫਰਵਰੀ ਹੈ ਮੈਂ ਐਗਜ਼ਾਮਪਲ ਦੇ ਰਿਹਾ ਤੁਸੀਂ ਕੋਈ ਵੀ ਜੰਤਰੀ ਚੁੱਕ ਕੇ ਦੇਖ ਲਿਓ ਕੋਈ ਵੀ ਵਧੀ ਸੁਦੀ ਵਾਲੀ ਉਦਾਹਰਨ ਦੇ ਤੌਰ ਤੇ 26 ਫਰਵਰੀ ਮਾਨੂੰ ਲਿਖਿਆ ਹੋਇਆ ਜੀ ਉਹਨਾਂ ਨੇ ਹਾੜ ਵਧੀ ਇੱਕ ਤੇ ਹਾੜ ਵਧੀ ਦੋ ਇੱਕੋ ਦਿਨ ਹੀ ਦੋ ਆ ਗਈਆਂ ਜਾ ਲਿਖਿਆ ਆਏਗਾ ਵੀ 26 ਫਰਵਰੀ ਹੜਵਦੀ 1 27 ਫਰਵਰੀ ਫੇਰ ਹੜਵਦੀ 1 ਕਿਤੇ ਤੁਹਾਨੂੰ ਜੇਠ ਦੀ 32 ਤਰੀਕ ਮਿਲ ਜਾਏਗੀ ਕਿਤੇ ਤੁਹਾਨੂੰ ਫਗਣ ਦੀ 29 ਤਰੀਕ ਮਿਲ ਜਾਏਗੀ ਸਾਲ ਦੇ ਵਿੱਚ 354 ਦਿਨ ਬਣਦੇ ਨੇ ਚੰਦਰਮਾ ਦੇ ਕੈਲੰਡਰ ਦੇ 354 ਦਿਨ ਬਣੇ ਤੇ ਸਾਡੇ ਸਾਲ ਦੇ ਕਿਹੜੇ ਹੁੰਦੇ ਨੇ 365 ਦਿਨ ਹੁਣ 11 ਦਿਨ ਘਟ ਗਏ ਨਾ 11 ਦਿਨ ਇੱਕ ਸਾਲ ਚ ਕੱਟ ਗਏ 11 ਦਿਨ ਅਗਲੇ ਸਾਲ ਚ ਕੱਟ ਗਏ 11 ਦਿਨ ਤੀਜੇ ਸਾਲ ਚ ਕੱਟ ਗਏ ਕੁੱਲ 33 ਦਿਨ ਤਿੰਨ ਸਾਲਾਂ ਚ ਕੱਟ ਗਏ ਅਸੀਂ ਕਹਿੰਦੇ ਵੀ ਸਾਨੂੰ ਇਹ ਕੈਲੰਡਰ ਮਾਫਕ ਨਹੀਂ ਹੈ ਇਹ ਦਿਨ ਅੱਗੇ ਪਿੱਛੇ ਹੋ ਜਾਂਦੇ ਨੇ ਉਹ ਕਹਿੰਦਾ ਕੋਈ ਨਹੀਂ ਤੁਸੀਂ ਮੇਰੇ ਕੋਲ ਆਇਆ ਕਰੋ ਮੈਂ ਤੁਹਾਨੂੰ ਤੀਜੇ ਸਾਲ ਨੇ ਇੱਕ ਨਵਾਂ ਮਹੀਨਾ ਜੋੜ ਦਿਆ ਕਰਾਂਗਾ ਮਲਮਾਸ ਮਲਮਾਸ ਮਨੇ ਗੰਦਗੀ ਵਾਲਾ ਮਹੀਨਾ ਇਹ ਕਿੱਥੇ ਜੁੜਿਆ ਜਾਂਦਾ ਹੈ ਇਹਦਾ ਵੀ ਉਹ ਨਿਯਮ ਹੈ ਉਹਨਾਂ ਦਾ ਜਿਸ ਮਹੀਨੇ ਵਿੱਚ ਸੂਰਜ ਸੰਕਰਾਂਤੀ ਨਾ ਆਵੇ ਸੂਰਜ ਦੀ ਸੰਗਰਾਦ ਨਾ ਆਏ ਉਹਦੇ ਵਿੱਚ ਮੱਸੀਆ ਤੋਂ ਲੈ ਕੇ ਮੱਸੀਆ ਤੱਕ ਦੇ ਦਿਨਾਂ ਵਿੱਚ ਜਿਹਦੇ ਵਿੱਚ ਸੂਰਜ ਦੀ ਸੰਗਰਾਦ ਨਾ ਆਵੇ ਉਹ ਦਿਨ ਫਿਰ ਉਹ ਮਹੀਨਾ ਮਲਮਾਸ ਬਣਾ ਲਿਆ ਜਾਂਦਾ ਹੈ ਪਿਛਲੇ ਸਾਲ ਦੇ ਵਿੱਚ ਅੱਸੂ ਦਾ ਮਹੀਨਾ ਮੱਸੀਆ ਤੋਂ ਮੱਸੀਆ ਇਹਨਾਂ ਨੇ ਮਲਮਾਸ ਬਣਾਇਆ ਤੇ ਮਲਮਾਸ ਦਾ ਮਤਲਬ ਹੁੰਦਾ ਹੈ ਗੰਦਗੀ ਵਾਲਾ ਮਹੀਨਾ ਮਲ ਗੰਦਗੀ ਨੂੰ ਕਹਿੰਦੇ ਆ ਅਸ਼ੁੱਭ ਦਿਹਾੜਾ ਅਸ਼ੁੱਭ ਮਹੀਨਾ ਭਾਵ 13ਵਾਂ ਮਹੀਨਾ ਜੋੜਨਾ ਪੈ ਗਿਆ ਨਾਲ ਕਿਉਂਕਿ ਤਰੀਕਾਂ ਪੂਰੀਆਂ ਕਰਨੀਆਂ ਨੇ ਨਾ ਜੇ ਘੜੀ ਅੱਧਾ ਘੰਟਾ ਪਿੱਛੇ ਜਾਂਦੀ ਹੈ 3 ਦਿਨਾਂ ਦੇ ਵਿੱਚ ਤੇ 3 ਦਿਨ ਵੱਧਦਾ ਘੰਟਾ ਅੱਗੇ ਕਰਨੀ ਪੈਗੀ 6 ਦਿਨ ਦੇ ਵਿੱਚ ਘੰਟਾ ਪਿੱਛੇ ਜਾਂਦੀ ਤੇ ਘੰਟਾ ਅੱਗੇ ਕਰਨੀ ਪੈਗੀ ਹੁਣ 3 ਸਾਲਾਂ ਚ 33 ਦਿਨ ਪਿੱਛੇ ਚਲੇ ਗਏ ਫਿਰ ਇੱਕ ਨਵਾਂ ਮਹੀਨਾ ਜੋੜਨਾ ਪਏਗਾ ਨਾ ਤੇ ਜਦੋਂ ਇੱਕ ਨਵਾਂ ਮਹੀਨਾ ਜੋੜ ਦਿੱਤਾ ਗਿਆ ਉਹਦਾ ਨਾਂ ਰੱਖ ਦਿੱਤਾ ਮਲਮਸ ਤੇ ਇਹ ਹੋ ਗਏ ਹੁਣ 13 ਮਹੀਨੇ ਸਾਲ ਚ ਹਾਲਾਂਕਿ ਸਾਡੀ ਗੁਰਬਾਣੀ ਚ 12ਵਾਂ ਬਾਣੀ ਚ 12 ਮਹੀਨੇ ਨੇ ਪਰ 13 ਮਹੀਨੇ ਹੋ ਗਏ ਹੁਣ 13 ਮਹੀਨੇ ਜੇ ਹੋ ਰਹੇ ਨੇ ਤੇ ਲਗਭਗ 19 ਸਾਲਾਂ ਵਿੱਚ 7 ਵਾਰੀ 13 ਮਹੀਨੇ ਆਉਂਦੇ ਨੇ ਤੇ 33 ਸਾਲਾਂ ਬਾਅਦ 34 ਸਾਲ ਬਣ ਜਾਂਦੇ ਨੇ ਚੰਦਰਮਾ ਦੇ ਸੋਚੋ ਦੂਜੀ ਤਰੀਕ ਸੂਰਜੀ ਗੁਰੂ ਸਾਹਿਬ ਦੇ ਜ਼ਮਾਨੇ ਜਿਹੜੀ ਬਕਰਮੀ ਸੂਰਜੀ ਤਰੀਕ ਸੀ ਉਹ ਤਰੀਕ ਵੀ ਜਿਹੜੀ ਹੈ 60 ਦਿਨ ਪਿੱਛੇ ਚਲੀ ਜਾਂਦੀ ਸੀ ਕਿੰਨੇ ਸਾਲਾਂ ਬਾਅਦ 3300 ਸਾਲਾਂ ਬਾਅਦ ਜਿਹੜੀ ਹੁਣ ਅਸੀਂ ਤਰੀਕ ਦੇਖਦੇ ਹਾਂ ਇੱਕ ਨਵਾਂ ਕੈਲੰਡਰ ਜਿਹੜਾ ਆਇਆ 2003 ਸਾਲ ਦੇ ਵਿੱਚ ਜਿਹਨੂੰ ਨਾਲਕਸ਼ਾਈ ਕੈਲੰਡਰ ਵੀ ਕਿਹਾ ਜਾਂਦਾ ਹੈ ਭਾਈਪਾਲ ਸਿੰਘ ਪੁਰੇਵਾਲ ਦਾ ਕੈਲੰਡਰ ਵੀ ਕਿਹਾ ਜਾਂਦਾ ਹੈ ਉਹਦੀ ਜਿਹੜੀ ਗਣਨਾ ਹੈਗੀ ਉਹ 3300 ਸਾਲ ਬਾਅਦ ਸਿਰਫ ਇੱਕ ਦਿਨ ਪਿੱਛੇ ਜਾਂਦਾ ਹੈ ਤੇ ਉਹ ਕੱਲਾ ਨਹੀਂ ਜਾਂਦਾ ਜਿਹੜੇ ਇੰਟਰਨੈਸ਼ਨਲ ਤਰੀਕਾ ਨੇ ਗ੍ਰੈਗੋਰੀਨ ਕੈਲੰਡਰ ਦੀਆਂ ਉਹਦੇ ਨਾਲ ਹੀ ਜਾਂਦਾ ਉਹ ਵੀ ਭਾਵੇਂ ਜਿੱਦਨ ਇੰਟਰਨੈਸ਼ਨਲ ਲੈਵਲ ਦੇ ਉੱਪਰ ਸਮੱਸਿਆ ਆਏਗੀ 3300 ਸਾਲਾਂ ਬਾਅਦ ਇੱਕ ਦਿਨ ਘਟੇਗਾ ਉਸ ਦਿਨ ਸਾਰੀ ਇੰਟਰਨੈਸ਼ਨਲ ਤਰੀਕਾ ਦਾ ਵੀ ਘਟੇਗਾ ਤੇ ਇਹਦਾ ਵੀ ਘਟੇਗਾ ਜਿਹੜਾ ਸੋਲੂਸ਼ਨ ਉਹ ਲੱਭਣਗੇ ਉਹ ਹੀ ਸੋਲੂਸ਼ਨ ਇਹ ਲੱਭਣਗੇ ਆਦਰਵਾਇਸ ਗੁਰੂ ਸਾਹਿਬ ਦੇ ਜਮਾਨੇ ਵਾਲਾ ਬਿਕਰਮੀ ਕੈਲੰਡਰ ਉਹ 3300 ਸਾਲਾਂ ਚ 60 ਦਿਨ ਵਿੱਚ ਹੀ ਜਾਂਦਾ ਸੀ ਤੇ ਇਹੇ ਕੈਲੰਡਰ ਇਹ 33 ਸਾਲਾਂ ਬਾਅਦ ਹੀ ਪੂਰੇ ਸਾਲ ਦਾ ਫਰਕ ਪਾਉਂਦਾ ਸੀ 34 ਸਾਲ ਬਣ ਜਾਂਦੇ ਸਨ ਪਹਿਲੀ ਗੱਲ ਦੂਸਰੀ ਗੱਲ ਸਾਡੀ ਕੌਮ ਦੇ ਵਿੱਚ ਜਿੰਨੇ ਸੀ ਇਤਿਹਾਸਕ ਦਿਹਾੜੇ ਮਨਾਨੇ ਆ ਉਹ ਦੋ ਤਰੀਕਾਂ ਤੇ ਨਿਰਭਰ ਹੁੰਦੇ ਨੇ ਜਾਂ ਸੂਰਜੀ ਤਰੀਕਾਂ ਤੇ ਜਿਹਨੂੰ ਅਸੀਂ ਬਿਕਰਮੀ ਤਰੀਕਾ ਕਹਿੰਦੇ ਆ ਜਾਂ ਚੰਦਰਮਾ ਦੀ ਤਰੀਕ ਜਿਹਨੂੰ ਅਸੀਂ ਹਿਜਰੀ ਕੈਲੰਡਰ ਕਹਿੰਦੇ ਆ ਪਰ ਦੁਬਾਰਾ ਇਸ ਗੱਲ ਦੀ ਹੈ ਕੀ ਅਸੀਂ ਬਹੁਤ ਸਾਰੇ ਤੇ ਆਪਣੀ ਇਤਿਹਾਸਿਕ ਦਿਹਾੜੇ ਗੁਰਪੁਰਬ ਸੂਰਜੀ ਤਰੀਕਾ ਨਾਲ ਮਨਾ ਰਹੇ ਆ ਇੰਨੀ ਪੋ ਇੰਨੀ ਮਾਗ ਇੰਨੀ ਫਗਣ ਇੰਨੀ ਚੇਤ ਪਰ ਕੁਛ ਇੱਕ ਦਿਹਾੜੇ ਅਸੀਂ ਚੰਦਰਮਾ ਦੇ ਤਰੀਕਾ ਨਾਲ ਮਨਾਉਂਦੇ ਆ ਤੇ ਨਤੀਜਾ ਪਤਾ ਕੀ ਨਿਕਲਦਾ ਚੰਦਰਮਾ ਵਾਲੀਆਂ ਤਰੀਕਾ ਦੇ ਦਿਹਾੜੇ ਹਰ ਸਾਲ ਅੱਗੇ ਪਿੱਛੇ ਹੋ ਜਾਂਦੇ ਨੇ ਸੂਰਜੀ ਵਾਲੇ ਉਹੀ ਰਹਿੰਦੇ ਮੈਂ ਇੱਕ ਉਦਾਹਰਨ ਦੇ ਦਿੰਦਾ ਵੱਡੇ ਸਹਿਬ ਜਾਦਿਆਂ ਦਾ ਸ਼ਹੀਦੀ ਪੁਰਬ ਅਸੀਂ 8 ਪੋ ਨੂੰ ਮਨਾਨੇ ਆਂ ਤੇ 8 ਪੋ ਇੱਕੋ ਦਿਨ ਨਹੀਂ ਆਏਗੀ ਛੋਟੇ ਸਹਿਬ ਜਾਦਿਆਂ ਦਾ ਸ਼ਹੀਦੀ ਪੁਰਬ ਅਸੀਂ 13 ਪੋ ਨੂੰ ਮਨਾਨੇ ਆਂ ਉਹ 26 ਤਰੀਕ ਨੂੰ ਆਏਗਾ 26 ਦਸੰਬਰ ਨੂੰ ਹੀ ਉਹ ਤਰੀਕਾਂ ਕੇ ਪਿਛੇ ਨਹੀਂ ਹੋਣਗੀਆਂ ਕਿਉਂਕਿ ਸੂਰਜੀ ਨੇ ਨਾ ਉਹ ਪਰ ਜਦੋਂ ਅਸੀਂ ਚੰਦਰਮਾ ਦੀ ਤਰੀਕ ਦਾ ਮਨਾਵਾਂਗੇ ਪੁਰਬ ਪੋ ਸੁਦੀ 7 ਗੁਰਗੋਬਿੰਦ ਸਿੰਘ ਜੀ ਦਾ ਪੁਰਬ ਉਹ ਕੀ ਹੋਏਗਾ ਕਿਉਂਕਿ ਹਰ ਸਾਲ 11 ਦਿਨ ਘਟ ਜਾਂਦੇ ਨੇ ਤਿੰਨ ਸਾਲਾਂ ਚ 33 ਦਿਨ ਕੱਟ ਜਾਂਦੇ ਨੇ ਉਹ ਫਿਰ ਅੱਗੇ ਪਿੱਛੇ ਹੋ ਜਾਏਗਾ ਜਿੰਨਾ 2 ਸਾਲਾਂ ਚ 11 ਦਿਨ ਪਿੱਛੇ ਹੋਣਗੇ ਅਗਲੇ ਸਾਲ ਜਨਵਰੀ ਤੇ ਦਸੰਬਰ ਚ ਵੀ ਆ ਜਾਏਗਾ ਉਸ ਤੋਂ ਅਗਲੇ ਸਾਲ ਦਸੰਬਰ ਵਿੱਚ ਵੀ ਨਹੀਂ ਆਏਗਾ ਜਨਵਰੀ ਵਿੱਚ ਵੀ ਨਹੀਂ ਆਏਗਾ ਫਿਰ ਜਦੋਂ ਤੀਜਾ ਮਹੀਨਾ ਜੋੜਿਆ ਜਾਏਗਾ ਉਦੋਂ ਸਾਲ ਚ ਫਿਰ ਦੋ ਵਾਰ ਵੀ ਆ ਜਾਏਗਾ ਸਵਾਵਕ ਇਹ ਜਦੋਂ ਇਸ ਸੁਦੀ ਵਦੀ ਦੀਆਂ ਤਰੀਕਾ ਮਨਾਵਾਂਗੇ ਚੰਦਰਮਾ ਦੀਆਂ ਫਿਰ ਦਿਨ ਅੱਗੇ ਪਿੱਛੇ ਹੋ ਜਾਣਗੇ ਹੁਣ ਸਵਾਲ ਹੀ ਪੈਦਾ ਹੁੰਦਾ ਹੈ ਜੇ ਬਾਕੀ ਅਸੀਂ ਆਪਣੇ ਗੁਰਪ੍ਰਭ ਇਤਿਹਾਸਿਕ ਦਿਹਾੜੇ ਸੂਰਜੀ ਕੈਲੰਡਰ ਨਾਲ ਮਨਾ ਰਹੇ ਹਾਂ ਤੇ ਕੁਛ ਇੱਕ ਗੁਰਪ੍ਰੋਧਾਂ ਦੀ ਵਾਰੀ ਤੇ ਸਾਨੂੰ ਕਿਉਂ ਹੀ ਫਿਕਰ ਪੈ ਜਾਂਦਾ ਵੀ ਅਸੀਂ ਸੁਦੀ ਵਦੀ ਦੇ ਹੀ ਮਨਾਣੇ ਨੇ ਉਹ ਵੀ ਤੇ ਸੂਰਜੀ ਮਨਾਏ ਜਾ ਸਕਦੇ ਨੇ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜੇ ਵਿਦਵਾਨਾਂ ਨੇ 23 ਪੋ ਕਿਹਾ ਤੇ 23 ਪੋ ਉਦਹੀਂ ਹਰ ਸਾਲ ਇੱਕੋ ਤਰੀਕ ਨੂੰ ਆਏਗਾ ਜਿਵੇਂ ਵੱਡੇ ਸਾਹਿਬ ਜੀ ਦਾ ਤਾਂ 8 ਪੋ ਛੋਟੇ ਸਾਹਿਬ ਜੀ ਦਾ 13 ਪੋ ਆਉਂਦਾ ਹੈ ਜੇ ਛੋਟੇ ਵੱਡੇ ਸੈਬ ਜਾਂਦੇ ਆਂਦਾ ਅਸੀਂ ਸੂਰਜੀ ਕੈਲੰਡਰ ਨਾਲ ਮਨਾ ਸਕਦੇ ਆਂ ਤੇ ਗੁਰਗੋਬਿੰਦ ਸਿੰਘ ਜਿੱਦ ਅਸੀਂ ਤੇਹੀ ਲੋਕ ਕਿਉਂ ਨਹੀਂ ਬਣਾ ਸਕਦੇ ਇਸੇ ਤਰ੍ਹਾਂ ਹੀ ਗੁਰअर्जਨ ਦੇ ਪਾਤਸ਼ਾਹ ਜੀ ਦਾ ਜੇ ਅਸੀਂ ਦੋ ਤਹਾੜ ਮਨਾ ਸਕਦੇ ਆਂ ਸੂਰਜੀ ਕੈਲੰਡਰ ਮੁਤਾਬਕ ਫਿਰ ਅਸੀਂ ਚੰ드ਰਮਾ ਦੇ ਕੈਲੰਡਰ ਜੇਠਸੂ ਦੀ ਚੌਥ ਦੇ ਪਿੱਛੇ ਕਿਉਂ ਪਏ ਆ ਤੇ ਜਦੋਂ ਅਸੀਂ ਜੇਠਸੂ ਦੀ ਚੌਥ ਕਹਿੰਦੇ ਆ ਉਹ ਇਤਿਹਾਸ ਉਠਾ ਕਰ ਲੈਨੇ ਆਂ ਅਸੀਂ ਕਿਵੇਂ ਆ ਪਿੱਛੇ ਲੰਘ ਕੇ ਗਿਆ ਨਾ 2014 ਦੇ ਵਿੱਚ 2014 15 ਸਨ ਵਾਲਾ ਜਿਹੜਾ ਕੈਲੰਡਰ ਹੈ ਨਾ ਸ਼੍ਰੋਮਣੀ ਕਮੇਟੀ ਦਾ ਤੁਸੀਂ ਉਹਨੂੰ ਦੇਖ ਲਿਓ 2014 ਸਨ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਦੀ ਸ਼ਹੀਦੀ ਆ ਰਹੀ ਹੈ ਜੇਡਸੂ ਦੀ ਚੌਥ 1 ਜੂਨ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਗੁਰਤਾ ਗੱਦੀ ਪੁਰਬ ਉਹ ਆ ਰਿਹਾ 11 ਜੂਨ ਨੂੰ ਇਤਿਹਾਸ ਪੁੱਠਾ ਹੋ ਗਿਆ ਨਾ ਅਸੀਂ ਕਹਿੰਦੇ ਹ ਇਤਿਹਾਸ ਵਿੱਚ ਕਿ ਗੁਰੂ ਸਾਹਿਬ ਆਪਣੇ ਜਉਂਦੇ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਕੇ ਫਿਰ ਸ਼ਹਾਦਤ ਦੇਣ ਵਾਸਤੇ ਗਏ ਪਰ ਇੱਥੇ ਸ਼ਹੀਦੀ ਪਹਿਲਾਂ ਹੋ ਰਹੀ 1 ਜੂਨ ਨੂੰ ਪਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਗੁਰਤਾ ਗਦੀਪ ਆ ਰਿਹਾ 11 ਜੂਨ ਨੂੰ ਵਿਚਕਾਰ 10 ਦਿਨ ਸਿੱਖ ਕੌਮ ਦੀ ਗਵਾਹੀ ਕਿਨੇ ਕੀਤੀ ਬਿਨਾ ਗੁਰੂ ਤੋਂ ਰਹੀ ਸੇ ਕੌਮ ਦੂਜਾ ਸੀ ਇਤਿਹਾਸ ਨੂੰ ਪੁੱਠਾ ਕਰ ਦਿੱਤਾ ਕਿਉਂਕਿ ਅੱਜ ਤੱਕ ਅਸੀਂ ਸਟੇਜਾਂ ਤੋਂ ਇਹ ਸੁਣਾਉਂਦੇ ਆਏ ਹਾਂ ਕਿ ਗੁਰੂ ਸਾਹਿਬ ਜੁੰਦੇ ਜੀ ਗੱਦੀ ਛੱਡਦੇ ਰਹੇ ਆਪਣੀ ਥਾਂ ਤੇ ਦੂਜੇ ਨੂੰ ਬਿਠਾਉਂਦੇ ਰਹੇ ਪਰ ਇੱਥੇ ਸਾਡੇ ਬੱਚੇ ਸਵਾਲ ਨਹੀਂ ਕਰਨਗੇ ਕਿ ਗੁਰੂ ਸਾਹਿਬ ਤੇ ਪਹਿਲਾਂ ਸ਼ਹੀਦ ਹੋਗੇ ਗੱਦੀ ਕਿਸ ਨੂੰ ਦੇ ਕੇ ਹੀ ਨਹੀਂ ਗਏ ਤੇ 11 ਦਿਨ ਬਾਅਦ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੱਦੀ ਮਿਲ ਰਹੀ ਹੈ ਜੇ ਗੁਰੂ ਹਰਗੋਬਿੰਦ ਸਾਹਿਬ ਦਾ ਪੁਰਬ ਸੂਰਜੀ ਤਰੀਕ ਨਾਲ ਮਨਾ ਰਹੇ ਆ ਤੇ ਸਿੱਖ ਗੁਰਜਨ ਦੇ ਪਾਤਸ਼ਾਹ ਦਾ 시ਦੀ ਪ੍ਰਭ ਸੂਰਜੀ ਤਰੀਕ ਨਾਲ ਜੋੜਹਾੜ ਨੂੰ ਕਿਉਂ ਨਹੀਂ ਮਨਾ ਰਹੇ ਤੇ ਸਾਰੀ ਕੁਲਕੂ ਤਰੀਕਾ ਤੇ ਕਮਾਲ ਦੀ ਗੱਲ ਪਤਾ ਕੀ ਹੈ ਜਿਵੇਂ ਮੈਂ ਆਪ ਨੂੰ ਦੱਸਿਆ ਵੀ ਚੰਦਰਮਾ ਦੇ ਤਰੀਕਾ ਕਈ ਵਾਰੀ ਇੱਕ ਦਿਨ ਚ ਦੋ-ਦੋ ਤਰੀਕਾ ਆ ਜਾਂਦੀਆਂ ਨੇ ਕਈ ਵਾਰੀ ਦੋ ਦਿਨਾਂ ਚ ਕੋਈ ਤਰੀਕਾ ਆਂਦੀ ਹੈ ਇਹਦੇ ਨਾਲ ਕਈ ਵਾਰੀ ਇੱਕੋ ਮਹੀਨੇ ਚ ਦੋ ਦੋ ਮੱਸੀਆਂ ਆਂਦੀਆਂ ਨੇ ਕਈ ਵਾਰੀ ਦੋ ਦੋ ਪੁੰਨਿਆਂ ਆਂਦੀਆਂ ਨੇ ਕਈ ਵਾਰੀ ਦੋ ਦੋ ਚੌਂਦੇ ਆਂਦੀਆਂ ਨੇ ਨਤੀਜਾ ਕੀ ਮਾਨੂੰ ਪੋਸ ਦੀ 7ਵੀਂ ਦੋ ਦਿਨਾਂ ਚ ਆ ਜਵੇ ਕਿਹੜੀ ਡਿਸਾਈਡ ਕਰੋਗੇ ਮਾਨੂੰ ਪੋਸ ਦੀ 7ਵੀਂ ਜਿਹੜੀ ਹੈ ਉਹ 27 ਦਸੰਬਰ ਨੂੰ ਵੀ ਆ ਜਵੇ 28 ਨੂੰ ਵੀ ਆ ਜਵੇ ਤੁਸੀਂ ਕਿਹੜੀ ਮਨਾਓਗੇ ਫਿਰ ਜੇੜਸੂ ਦੀ ਚੌਥ ਗੁਰਜਨਦੇ ਪਾਤਸ਼ਾਹ ਦੀ ਸ਼ਿਦੀ ਮੰਨੋ 16 ਜੂਨ ਨੂੰ ਵੀ ਆ ਜਵੇ ਤੇ 17 ਨੂੰ ਵੀ ਆ ਜਵੇ ਫਿਰ ਕਿਹੜੀ ਮਨਾਉਂਗੇ ਹੁਣ ਆ ਜੋ ਸੰਗਰਾਂਦਾ ਤੇ ਲਗਭਗ 30 ਕੈਲੰਡਰ ਨੇ ਪਾਰਤ ਦੀ ਧਰਤੀ ਤੇ ਜਿਹੜਾ ਸ਼੍ਰੋਮਣੀ ਕਮੇਟੀ ਕੈਲੰਡਰ ਬਣਾਉਂਦੀ ਹੈ ਇਹ ਕੁਰਾਲੀ ਤੋਂ ਨੁਗਵੰਦੀ ਹੈ ਜਿਹੜੇ ਕੁਰਾਲੀ ਦੇ ਪੰਡਤ ਨੇ ਉਹ ਤਰੀਕਾ ਤੈਅ ਕਰਦੇ ਨੇ ਉਹ ਕੁਰਾਲੀ ਦਾ ਜਿਹੜਾ ਪੰਚਾਗ ਉਹ ਕੈਲੰਡਰ ਤਿਆਰ ਕਰਦੇ ਨੇ ਤੇ ਨਾਲ ਪੰਜਾਬ ਦੇ ਵਿੱਚ ਹੀ ਅੰਮ੍ਰਿਤਸਰ ਤੇ ਜਲੰਧਰ ਜਦੋਂ ਉੱਥੇ ਪੰਚਾਗ ਤਿਆਰ ਹੁੰਦਾ ਹੈ ਇਸ ਸੰਗਰਾਮ ਦਾ ਇੱਕ ਦਿਨ ਦਾ ਫਰਕ ਹੁੰਦਾ ਹੈ ਜਿਹੜੀ ਸੰਗਰਾਤ ਕੁਰਾਲੀ ਵਾਲੇ ਪੰਡਤਾਂ ਨੇ ਦੱਸਣੀ ਹੈ ਸ਼ੋਮਨੀ ਕਮੇਟੀ ਨੇ ਛਾਪਣੀ ਹੈ ਤੇ ਜਿਹੜੀ ਸੰਗਰਾਤ ਅੰਮ੍ਰਿਤਸਰ ਤੇ ਜਲੰਧਰ ਦੇ ਪੰਡਤਾਂ ਨੇ ਦੱਸਣੀ ਹੈ ਇੱਕ ਦਿਨ ਦਾ ਫਰਕ ਹੋਏਗਾ ਪੂਨੇ ਵਾਲੇ ਜਿਹੜੇ ਪੰਡਤ ਨੇ ਜਦੋਂ ਉਹ ਸੰਗਰਾਮ ਡਿਸਾਈਡ ਕਰਦੇ ਨੇ 4 ਤੋਂ 5 ਦਿਨ ਦਾ ਫਰਕ ਪੈਂਦਾ ਹੈ ਹਰ ਮਹੀਨੇ ਉਹ ਕਿਹੜੀ ਮਨਾਉਂਗੇ ਸੰਗਰਾਤ ਕਿਉਂ ਪੈਂਦਾ ਹੈ ਫਰਕ ਪੂਨੇ ਇਸ ਕਰਕੇ ਫਰਕ ਪੈਂਦਾ ਹੈ ਉੱਥੇ ਦਸ਼ਾ ਹੋਰ ਹੈ ਪੰਜਾਬ ਦੇ ਵਿੱਚ ਹੋਰ ਹੈ ਉਦੇ ਮੁਤਾਬਕ ਉਹਨਾਂ ਨੇ ਕੈਲੰਡਰ ਬਣਾਏ ਨੇ ਪੰਜਾਬ ਵਾਲਿਆਂ ਨੇ ਪੰਜਾਬ ਮੁਤਾਬਕ ਬਣਾਏ ਨੇ ਹੁਣ ਜਿਹੜੀ ਘੜੀ ਪਿੱਛੇ ਜਾ ਰਹੀ ਹੈ ਅਸੀਂ ਕਹਿੰਨਾ ਅਸੀਂ ਅਗਾਹ ਵਧੂ ਕੌਮ ਆ ਤੇ ਘੜੀ ਅਸੀਂ ਪਿਛਲੀ ਯੂਜ਼ ਕਰ ਰਹੇ ਆਂ ਪੁਰਾਣੀ ਵਾਲੀ ਤੇ ਕੌਣ ਸਾਨੂੰ ਸਿਆਣਾ ਕਹੇਗਾ ਸਿਆਣਪ ਇਸ ਗੱਲ ਵਿੱਚ ਹੈ ਕਿ ਅਸੀਂ ਐਡਵਾਂਸਡ ਹਾਂ ਤੇ ਸਮੇਂ ਦੇ ਹਾਣੀ ਬਣ ਕੇ ਚੱਲੀਏ ਗੁਰੂ ਜੀ ਨੇ ਸਾਨੂੰ ਕਿਹਾ ਅਗਾਹ ਕੂਤਰਾਂਗ ਪਿੱਛਾ ਫੇਰ ਨਾ ਮੁੜੜਾ ਅੱਗੇ ਵਧੋ ਜੇ ਚੰਦਰਮਨ ਦੀ ਤਰੀਕਾ ਚ ਉਲਝ ਗਏ ਤੇ ਸਾਡੇ ਪੂਰਬ ਸਾਰੇ ਅੱਗੇ ਪਿੱਛੇ ਹੋ ਜਾਣਗੇ ਇੱਕ ਹੋਰ ਉਦਾਰਨ ਦੇ ਦਿੰਦਾ ਮੈਂ ਇਤਿਹਾਸ ਦੇ ਵਿੱਚ ਪਹਿਲਾ ਅਕਾਲ ਪੁੰਗਾ ਸਿਰਜਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਉਸੇ ਅਕਾਲ ਪੁੰਗੇ ਤੇ ਬੈਠ ਕੇ ਮੀਰੀ ਪੀਰੀ ਦੀਆਂ ਗੱਲ ਦੋ ਕਿਰਪਾਨਾਂ ਪਾਈਆਂ ਪਰ ਜਿਹੜਾ ਪਿੱਛੇ ਲੰਘ ਕੇ ਗਿਆ ਨਾ ਉੱਚ ਮੀਰੀ ਪੀਰੀ ਦੇ ਕਿਰਪਾਨਾਂ ਦਾ ਪੂਰਬ ਪਹਿਲਾਂ ਆ ਗਿਆ ਤੇ ਅਕਾਲ ਪੁੰਗਾ ਜਿਹੜਾ ਉਹ 11 ਦਿਨ ਬਾਅਦ ਸਿਰਜਿਆ ਜਾ ਰਿਹਾ ਜੀ ਕਿਰਪਾਨਾਂ ਪਹਿਲਾਂ ਹੀ ਪਾਲੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਬੈਠੇ ਕਿੱਥੇ ਸੀ ਅਕਾਲ ਪੁੰਗਤ ਤੇ ਬਣਿਆ ਹੀ ਨਹੀਂ ਅਜੇ ਜੇ ਅਸੀਂ ਅਕਾਲ ਪੁੰਗੇ ਦੀ ਤਰੀਕ ਰੱਖ ਰਹੇ ਹੈਗੇ ਆਂ ਸੂਰਜੀ ਤੇ ਮੇਰੀ ਪੀਰੀਆ ਕਿਰਪਾਨਾਂ ਦੇ ਸੀ ਚੰਦਰਮਾ ਦੀ ਕਿਉਂ ਰੱਖ ਰਹੇ ਆਂ ਉਹ ਵੀ ਸੂਰਜੀ ਰੱਖੋ ਤਾਂ ਕਿ ਉਹਨੇ ਦਿਨ ਬਾਅਦ ਹੀ ਆਵੇ ਉਹ 6 ਸਾਵਣ ਨੂੰ ਹੀ ਆਵੇ ਜੇ 18 ਹਾਰ ਨੂੰ ਅਕਾਲ ਪੁੰਗੇ ਦੀ ਸਿਰਜਣ ਹੈ ਤੇ 6 ਸਾਵਣ ਨੂੰ ਮੇਰੀ ਪੀਰੀ ਕਿਰਪਾਨਾਂ ਦਾ ਦਿਵਸ ਹੈ ਅਸੀਂ 6 ਸਾਵਣ ਦੀ ਬਜਾਏ ਹਾਰਸੂ ਦੀ 10 ਕਿਉਂ ਮਨਾ ਰਹੇ ਆਂ ਅਸੀਂ ਫਿਰ ਗੜਬੜ ਹੋਏਗੀ ਨਾ ਇਤਿਹਾਸ ਦੀ ਕਿਸੇ ਨੇ ਕਿ ਬੜੀ ਹਾਸੋਣੀ ਦਲੀਲ ਦਿੱਤੀ ਸੀ ਪਤਾ ਕਿਹੜੀ ਦੇਖੋ ਜੀ ਬਾਕੀ ਜਿਹੜੇ ਗੁਰੂ ਕੀ ਸਿੱਖ ਨੇ ਸਹਬਜ਼ਾਦੇ ਨੇ ਪੰਜ ਪਿਆਰੇ ਨੇ ਉਹ ਆਮ ਲੋਕ ਨੇ ਉਹਨਾਂ ਦੇ ਦਿਹਾੜੇ ਸੂਰਜ ਜੀ ਤਰੀਕਾ ਨਾਲ ਮਨਾਏ ਜਾਂਦੇ ਨੇ ਕਿਉਂਕਿ ਗੁਰੂ ਸਾਹਿਬ ਬੜੇ ਮਹਾਨ ਹੁੰਦੇ ਨੇ ਇਸ ਕਰਕੇ ਉਹਨਾਂ ਦੇ ਦਿਹਾੜੇ ਚੰਦਰਮਾ ਦੇ ਤਰੀਕਾ ਨਾਲ ਮਨਾਏ ਜਾਂਦੇ ਨੇ ਹੁਣ ਪੁੱਛੋ ਚੰਦਰਮਾ ਵੱਡਾ ਕਿ ਸੂਰਜ ਵੱਡਾ ਹੈ ਜਾਂ ਤੇ ਹੁੰਦਾ ਨਾ ਵੀ ਗੁਰੂ ਸਾਹਿਬ ਦੇ ਸੂਰਜਾਂ ਦੇ ਮੁਤਾਬਕ ਬਾਕੀਆਂ ਦੇ ਚੰਦਰਮਾ ਮੁਤਾਬਕ ਕਲ ਉਲਟਾ ਚੱਲ ਰਿਹਾ ਹੈ ਕਹਨ ਤੋਂ ਪਾਵ ਇਸ ਕੈਲੰਡਰ ਸਿਰਫ ਇੱਕ ਘੜੀ ਹੈ ਇਹਦਾ ਧਰਮ ਤੇ ਆਸਥਾ ਨਾਲ ਕੋਈ ਸਬੰਧ ਨਹੀਂ ਹੈ ਘੜੀ ਨੂੰ ਠੀਕ ਰੱਖਣੇ ਤੇ ਸਾਨੂੰ ਖਾਸ ਕਰਕੇ ਸੂਰਜ ਦੀ ਧਰਜ ਤੇ ਤਿਆਰ ਕੀਤੀ ਕਿਸੇ ਵੀ ਕੈਲੰਡਰ ਨੂੰ ਮੰਨਣਾ ਪਏਗਾ ਦਿਨ ਤਾਂ ਠੀਕ ਰਹਿਣਗੇ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਸੂਰਜ ਏਕੋ ਰੁੱਤ ਅਨੇਕ ਸੂਰਜ ਤੋਂ ਰੁੱਤਾਂ ਨੇ ਸਰਦੀ ਗਰਮੀ ਬਸੰਤ ਪਤਝੜ ਵਗੈਰਾ ਸੂਰਜ ਤੋਂ ਨੇ ਸੂਰਜ ਦੇ ਮੁਤਾਬਕ ਚੱਲੋਗੇ ਤੇ ਜਿਸ ਤਰੀਕ ਨੂੰ ਉਸ ਜਮਾਨੇ ਚ ਘਟਨਾ ਵਾਪਰੀ ਸੀ ਉਸੇ ਤਰੀਕ ਨੂੰ ਹੀ ਸਾਡੇ ਇਸ ਸਮੇਂ ਦੇ ਵਿੱਚ ਉਹੋ ਜੀ ਰੁੱਤ ਉਹੋ ਜੀ ਮੌਸਮ ਹੋਏਗਾ ਜੇ ਚੰ드ਰਮਾ ਦੀ ਤਰੀਕਾ ਤੇ ਚੱਲਣ ਲੱਗ ਪਏ ਫਿਰ ਇਦਾਂ ਸਮਝਿਓ ਵੀ ਗਰਮੀਆਂ ਵਾਲੇ ਪੁਰਬ ਸਰਦੀਆਂ ਚਾਹਿਆ ਕਰਨਗੇ ਸਰਦੀਆਂ ਵਾਲੇ ਗਰਮੀਆਂ ਚਾਹਿਆ ਕਰਨਗੇ ਦਸੰਬਰ ਚ ਕਿਵੇਂ ਕਵਾਂਗੇ ਕਿ ਗੁਰਦਮ ਦੇ ਪਾਤਸ਼ਾਹ ਜੀ ਨੂੰ ਜੀ ਉਹਨਾਂ ਨੇ ਤੁੱਪੇ ਰੱਖਿਆ ਸੀ ਕਿਵੇਂ ਕਵਾਂਗੇ ਦੇਖੋ ਜੀ ਛੋਟੇ ਸਾਹਿਬ ਜਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਮਈ ਜੂਨ ਮਹੀਨੇ ਦੇ ਵਿੱਚ ਠੰਡੇ ਪੁਰਜ ਚ ਕੈਦ ਕੀਤਾ ਸੀ ਉਥੇ ਕਹਿਣ ਕਿ ਹਮਦਰਦੀ ਕੀਤੀ ਉਹਨਾਂ ਨੇ ਤੇ ਮਈ ਜੂਨ ਚ ਠੰਡੇ ਬੁਰਜ ਚ ਬਿਠਾਇਆ ਸਹਬਜ਼ਾਦਿਆਂ ਨੂੰ ਇੱਥੇ ਚੰਗਾ ਕੰਮ ਕੀਤਾ ਫਿਰ ਅਸੀਂ ਕੀ ਕਵਾਂਗੇ ਚੰਦਰਮਾ ਦੇ ਤਰੀਕਾਂ ਜਣੀਆਂ ਨੇ ਉਹ ਬਦਲ ਜਾਂਦੀਆਂ ਨੇ ਸੂਰਜੀ ਤਰੀਕਾਂ ਵੀ ਬਦਲ ਜਾਂਦੇ ਸੀ ਜਿੰਨਾ ਚਿਰ ਗਣਨਾ ਪੂਰੀ ਨਹੀਂ ਸੀ ਪਹਿਲਾਂ ਜੂਲੀਅਨ ਕੈਲੰਡਰ ਸੀ ਬਾਕਾਇਦਾ ਅੰਗਰੇਜ਼ਾਂ ਨੇ ਕਿਉਂਕਿ ਪਾਦਰੀਆਂ ਨੂੰ ਸਮਝਾਣਾ ਵੀ ਬੜਾ ਔਖਾ ਸੀ ਰੋਮ ਦੇ ਵਿੱਚ ਜਿਹੜੇ ਕੈਥੋਲਿਕ ਪੁਜਾਰੀ ਉਹਨਾਂ ਨੂੰ ਸਮਝਾਣਾ ਫਸੀ ਉਹਨਾਂ ਨੂੰ ਸਮਝਾਇਆ ਗਿਆ ਪਰ ਉਹ ਸਮਝੇ ਵੀ ਸਮਝਾ ਕੇ ਉਹਨਾਂ ਨੂੰ ਕਿਹਾ ਵੀ ਦੇਖੋ ਆ ਸੂਰਜੀਤ ਕੈਲੰਡਰ ਜਿਹੜਾ ਨਾ ਸਾਡਾ ਪਿੱਛੇ ਜਾ ਰਿਹਾ ਥੋੜਾ ਚੇਂਜ ਕਰ ਦੇਈਏ ਹੁਣ ਤਰੀਕਾ ਸੈੱਟ ਕਰ ਲਈਏ ਫਿਰ ਤਰੀਕਾ ਸੈੱਟ ਕੀਤੀਆਂ ਗਈਆਂ 13 ਦਿਨ ਦਾ ਫਰਕ ਪਾਇਆ ਉਹਨਾਂ ਨੇ ਤੇ ਉਸ ਤੋਂ ਬਾਅਦ ਫਿਰ ਆਪਣਾ ਕੈਲੰਡਰ ਉਸੇ ਤਰ੍ਹਾਂ ਜਾਰੀ ਰੱਖਿਆ ਜੇ ਗੋਰੇ ਕੈਲੰਡਰ ਅਜੇ ਤੱਕ ਇੰਨਾ ਸਟੀਕ ਚੱਲ ਰਿਹਾ ਹੈ ਕਿ 3300 ਸਾਲਾਂ ਬਾਅਦ ਇੱਕ ਦਿਨ ਦਾ ਫਰਕ ਪਏਗਾ ਇਸੇ ਦੇ ਸਤੇ ਸੂਰਜੀ ਕੈਲੰਡਰ ਨੂੰ ਜਦੋਂ ਬਣਾਇਆ ਗਿਆ ਉਦੋਂ ਇਹੀ ਦਾਵਾ ਕੀਤਾ ਗਿਆ ਕਿ 3300 ਸਾਲਾਂ ਬਾਅਦ ਇੱਕ ਦਿਨ ਦਾ ਫਰਕ ਪਏਗਾ ਜਿੱਥੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਪੂਰੀ ਦੁਨੀਆ ਨੂੰ ਫਰਕ ਪਏਗਾ ਉੱਥੇ ਸਾਨੂੰ ਪਏਗਾ ਜਿਹੜਾ ਹੱਲ ਪੂਰੀ ਦੁਨੀਆ ਕੱਢੇਗੀ ਉਹ ਹੀ ਅਸੀਂ ਕੱਢ ਲਾਂਗੇ ਤਬ ਤੱਕ ਲਈ ਸੀ ਬਿਲਕੁਲ ਨਾਲ ਚੱਲ ਰਹੇ ਹਾਂ ਗੱਲ ਇੰਗਲਿਸ਼ ਤਰੀਕ ਦੀ ਨਹੀਂ ਵੀ ਇੰਗਲਿਸ਼ ਤਰੀਕ ਪੱਕੀ ਹੋਵੇ ਗੱਲ ਇਹ ਹੈ ਸਾਡੀ ਸੂਰਜੀ ਤਰੀਕ ਜਿਹੜਾ ਸੂਰਜੀ 12 ਮਾਹ ਦਿੱਤਾ ਹੈ ਸਾਡੇ ਗੁਰਬਾਣੀ ਚ ਚੇਤ ਵਿਸਾਖ ਜੇਠ ਹੜ ਉਹ ਤਰੀਕਾਂ ਪੱਕੀਆਂ ਹੋ ਜਾਣ ਜੇ ਸੂਰਜੀ ਤਰੀਕਾਂ ਪੱਕੀਆਂ ਹੋ ਜਾਣਗੀਆਂ ਤੇ ਹਰ ਸਾਲ ਉਹੀ ਤਰੀਕ ਆਏਗੀ ਜਿਹੜੀ ਸੂਰਜੀ ਹੋਈ ਤੇ ਦੋਨੋਂ ਕੈਲੰਡਰ ਇੰਟਰਨੈਸ਼ਨਲ ਲੈਵਲ ਤੇ ਜਿਵੇਂ ਉਹ ਕੈਲੰਡਰ ਚੱਲ ਰਹੇ ਨੇ ਸਾਡਾ ਵੀ ਚੱਲੇਗਾ ਸਾਡੇ ਇਹਨਾਂ ਤਰੀਕਾਂ ਦਾ ਫਾਇਦਾ ਇਹ ਹੋਏਗਾ ਗੁਰਦੁਆਰਿਆਂ ਵਿੱਚ ਧੜੇਬੰਦੀਆਂ ਨਹੀਂ ਹੋਣਗੀਆਂ ਸਾਰੀ ਸੰਗਤ ਆਪਣੇ ਗੁਰੂ ਸਾਹਿਬ ਦਾ ਪੁਰਬ ਇੱਕੋ ਦਿਨ ਮਿਲ ਕੇ ਮਨਾਏਗੀ ਤੀਜੀ ਗੱਲ ਅਸੀਂ ਸਰਕਾਰਾਂ ਤੋਂ ਛੁੱਟੀਆਂ ਦੀ ਮੰਗ ਕਰ ਸਕਦੇ ਹਾਂ ਚੌਥੀ ਗੱਲ ਸਕੂਲਾਂ ਦੇ ਵਿੱਚ ਲਗਭਗ ਡੇਢ ਸਾਲ ਪਹਿਲਾਂ ਹੀ ਅਗਲੇ ਸਾਲ ਦੇ ਕੈਲੰਡਰ ਤਿਆਰ ਹੋ ਜਾਂਦੇ ਨੇ ਛੁੱਟੀਆਂ ਦੇ ਅਸੀਂ ਉਹਨਾਂ ਵਿੱਚ ਛੁੱਟੀਆਂ ਆਪਣੀਆਂ ਪਵਾ ਸਕਦੇ ਹਾਂ ਸਾਡੇ ਬੱਚਿਆਂ ਦੀਆਂ ਜਦੋਂ ਛੁੱਟੀ ਹੋਏਗੀ ਸਰਕਾਰੀ ਤੌਰ ਤੇ ਉਦੋਂ ਉਸ ਛੁੱਟੀ ਦੇ ਵਿੱਚ ਅਸੀਂ ਆਪਣੇ ਬੱਚਾ ਨੂੰ ਤੇ ਵਿਰਸੇ ਨਾਲ ਜੋੜਾਂਗੇ ਜੋੜਾਂਗੇ ਉਹਦੇ ਨਾਲ ਨਾਲ ਕੱਲੇ ਲੰਡਨ ਦੇ ਵਿੱਚ 300 ਕਮਿਊਨਿਟੀਆਂ ਨੇ ਉਹ 300 ਕਮਿਊਨਿਟੀਆਂ ਵਾਲੇ ਸਰਚ ਕਰਨਗੇ ਗੂਗਲ ਤੇ ਅੱਜ ਛੁੱਟੀ ਕਿਉਂ ਹੈ ਅੱਛਾ ਅੱਜ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਕਿਦਾਂ ਦੀ ਹਿਸਟਰੀ ਸੀ ਉਹਨਾਂ ਦੀ 42 ਸਾਲਾਂ ਚ ਉਹਨੇ ਕੀ ਕੀ ਕਾਰਜ ਕੀਤੇ ਦੁਨੀਆ ਨੂੰ ਵੀ ਇਤਿਹਾਸ ਦਾ ਪਤਾ ਲੱਗੇਗਾ ਹੁਣ ਅਸੀਂ ਕੇਵਲ ਪੰਜਾਬ ਦੇ ਖਿੱਤੇ ਤੱਕ ਸੀਮਤ ਨਹੀਂ ਆ ਉਦੋਂ ਚੱਲ ਜਾਂਦਾ ਸੀ ਹੁਣ ਸਿੱਖ ਦੁਨੀਆ ਦੇ ਕੋਨੇ-ਕੋਨੇ ਤੇ ਐ ਹੁਣ ਇੰਟਰਨੈਸ਼ਨਲ ਰੇਸ ਦੇ ਵਿੱਚ ਸਾਨੂੰ ਬਰਾਬਰ ਦੌੜਨਾ ਪਏਗਾ ਤਾਂ ਗੱਲ ਬਣੇਗੀ ਨਹੀਂ ਤੇ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ ਤੇ ਸਿਰਫ ਕੁਝ ਕੁ ਸਵਾਰਥੀ ਲੋਕ ਨੇ ਜਿਨ੍ਹਾਂ ਦੇ ਮਸਿਆ ਮਰਦੀਆਂ ਨੇ ਜਿਨ੍ਹਾਂ ਦੇ ਪੁੰਨਿਆ ਮਰਦੀਆਂ ਨੇ ਜਿਨ੍ਹਾਂ ਦੀ ਦਸਮੀਆਂ ਪੰਜਮੀਆਂ ਮਰਦੀਆਂ ਨੇ ਸਿਰਫ ਉਹ ਓੜੀ ਕਲਾ ਆ ਕੇ ਬੈਠੇ ਨੇ ਤੇ ਦੂਜਾ ਇੱਕ ਰਾਜਨੀਤਿਕ ਤਿਰ ਉਹਦਾ ਪ੍ਰੈਸ਼ਰ ਹੈ ਕਿ ਜੇ ਕੁਰਾਲੀ ਦੇ ਪੰਡਤਾਂ ਤੋਂ ਨਾ ਨਾ ਸਿੱਖਾਂ ਨੇ ਪੁੱਛਣਾ ਸ਼ੁਰੂ ਕੀਤਾ ਇਹ ਸਾਡੇ ਗੁਰੂ ਗੋਬਿੰਦ ਸਿੰਘ ਦਾ ਪੁਰਬ ਕੋਦੋਂ ਆਣੇ ਗੁਰੂ ਨਾਨਕ ਦੇਵ ਦਾ ਕੋਦੋਂ ਆਣੇ ਤੇ ਸਾਡੇ ਪੰਜੇ ਚੋਂ ਨਿਕਲ ਜਾਣਗੇ ਪਰ ਸਿੱਖ ਆਜ਼ਾਦ ਕੌਮ ਬਣ ਜਾਏਗੀ ਇਹ ਸਾਡੇ ਪੰਜੇ ਚ ਹੀ ਰਹਿਣ ਸਾਡੇ ਤੋਂ ਪੁੱਛ ਕੇ ਆਪਣੇ ਪੁਰਬ ਬਣਾਣ ਇੱਕ ਆਖਰੀ ਗੱਲ ਕੇ ਇੱਕ ਸਮਾਪਤੀ ਕਰਾਂ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਜਿਹੜਾ ਪ੍ਰਕਾਸ਼ ਪੁਰਬ ਉਹ ਇੱਕ ਵਿਸਾਖ ਦਾ ਹੈ ਮੈਂ ਇਹ ਸਪਸ਼ਟ ਕਰ ਦਿਆਂ ਮੈਂ ਕਿਵੇਂ ਕਹਿ ਰਿਹਾ ਕਿ ਵਿਸਾਖ ਦਾ ਹੈ ਤੇ ਕੱਤਕ ਦੀ ਪੂਰਨਮਾਸ਼ੀ ਕਦੋਂ ਸ਼ੁਰੂ ਹੋਈ ਮੈਂ ਕੁਝ ਗ੍ਰੰਥਾਂ ਦੀ ਸਟੱਡੀ ਕੀਤੀ ਹੈ ਇੱਕ ਵਿਸਾਖ ਦੀ ਤਰੀਕ ਕਰਮ ਸਿੰਘ ਸਟੋਰੀ ਨੇ ਦਿੱਤੀ ਭਾਈ ਕਾਨ ਸਿੰਘ ਨਾਭਾ ਨੇ ਦਿੱਤੀ ਡਾਕਟਰ ਗੰਡਾ ਸਿੰਘ ਨੇ ਦਿੱਤੀ ਪ੍ਰਿੰਸੀਪਲ ਸਤਵੀਰ ਸਿੰਘ ਨੇ ਦਿੱਤੀ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਦਿੱਤੀ ਡਾਕਟਰ ਹਰੀ RAM ਗੁਪਤਾ ਨੇ ਦਿੱਤੀ ਐਮ ਐ ਮਕਾਲਫ ਨੇ ਦਿੱਤੀ ਜਨਮ ਸਾਖੀਆਂ ਜਿਹੜੀਆਂ ਵਿਸਾਖ ਦੀ ਤਰੀਕ ਦਿੰਦੀਆਂ ਨੇ ਮਿਹਰਬਾਨ ਵਾਲੀ ਜਨਮ ਸਾਖੀ ਇੱਕ ਵਿਸਾਖ ਹੈ ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ ਵਿਸਾਖ ਦੀ ਤਰੀਕ ਹੈ ਬੀ 40 ਜਿਹੜੀ ਜਨਮ ਸਾਖੀ ਹੈ ਉਹ ਚ ਵਿਸਾਖ ਦੀ ਤਰੀਕ ਹੈ ਪ੍ਰਾਤਮਨ ਜਨਮ ਸਾਖੀ ਹੈ ਉਹਦੇ ਚ ਇੱਕ ਵਿਸਾਖ ਹੈ ਜਿਹੜੀ ਪੱਥਰ ਵਾਲੀ ਜਨਮ ਸਾਕੀ ਹੈ ਉਹਦੇ ਵਿੱਚ ਇੱਕ ਵਿਸਾਖ ਹੈ ਜਿਹੜੀ ਪੱਥਰ ਵਾਲੀ ਅਜੇ ਵੀ ਖਾਲਸਾ ਕੋਲ ਜੰਮ ਸਰਚ ਪਈ ਹੋਈ ਹੈ ਉਹ ਹੋਰ ਬਹੁਤ ਸਾਰੇ ਸੋਰਸਸ ਨੇ ਜਿਨ੍ਹਾਂ ਨੇ ਇੱਕ ਵਿਸਾਖਿਆ ਜਿਹੜੀ ਹਿੰਦਾਲ ਵਾਲੀ ਜਨਮ ਸਾਕੀ ਨਾ ਜਿਹਨੂੰ ਬਾਲੇ ਵਾਲੀ ਕਹਿੰਦੇ ਆ ਉਹਦੇ ਵਿੱਚ ਕੱਤਕ ਲਿਖਿਆ ਹੈ ਹੁਣ ਕੱਤਕ ਦੀ ਪੂਰਨਮਾਸ਼ੀ ਕਿੱਥੋਂ ਆਇਆ ਇਹ ਵੀ ਮੈਂ ਦੱਸ ਦਿਆਂ ਸ਼ੇਰੇ ਪੰਜਾਬ ਦਾ ਜਦੋਂ ਰਾਜ ਸੀ ਦਰਬਾਰ ਸਾਹਿਬ ਦੇ ਹੱਦਗੰਥੀ ਸਨ ਗਿਆਨੀ ਸੰਤ ਸਿੰਘ ਨਿਰਮਲਿਆਂ ਦੇ ਪੜੇ ਹੋਏ ਸਨ ਇਹ ਆਪ ਨਿਰਮਲ ਹੀ ਸਨ ਇਹ ਅੰਮ੍ਰਿਤਸਰ ਦੇ ਵਿੱਚ ਹੀ 5 ਕਿਲੋਮੀਟਰ ਦੂਰ ਰਾਮ ਤੀਰਥ ਸਰੋਵਰ ਹੈ ਤੇ ਕਤਤਕ ਦੀ ਪੂਰਨਮਾਸ਼ੀ ਨੂੰ ਅੱਜ ਵੀ ਬੜਾ ਭਰਮਾ ਮੇਲਾ ਲੱਗਦਾ ਉੱਥੇ ਤੇ ਗਿਆਨੀ ਸੰਤ ਸਿੰਘ ਦੀ ਅੱਖ ਚ ਰੜਕਦਾ ਸੀ ਕਿਉਂ ਕਿ ਇਹ ਮੰਦਿਰ ਬਣਾਇਆ ਸੀ ਲਖਪਤਰਾਏ ਨੇ ਜਸਪਤਰਾਏ ਦੇ ਭਰਾ ਨੇ ਲਖਪਤਰਾਏ ਉਹ ਹੈ ਜਿਹਨੇ ਸਿੱਖਾਂ ਦਾ ਖੁਰਾਕ ਖੋਜ ਖਤਮ ਕਰਨਾ ਚਾਹਿਆ ਸੀ ਅੰਕਤਾਂ ਦੇ ਜ਼ੁਲਮ ਕੀਤੇ ਸਨ ਲਖਪਤਰਾਏ ਨੇ ਕਿ ਸਿੱਖ ਘਰ-ਬਾਰ ਛੱਡ ਕੇ ਜੰਗਲਾਂ 'ਚ ਚਲੇ ਗਏ ਸਨ ਇਨੇ ਜ਼ੁਲਮ ਕੀਤੇ ਲਖਪਤਰਾਏ ਨੇ ਤੇ ਉਹਨੇ ਬਣਾਇ ਸੀ ਰਾਮ ਮੰਦਰ ਤੇ ਕੱਤਕ ਦੀ ਪੂਰਨਮਾਸ਼ੀ ਨੂੰ ਲੱਗਦਾ ਸੀ ਮੇਲਾ ਰਾਜ ਹੈ ਸ਼ੇਰੇ ਪੰਜਾਬ ਦਾ ਤੇ ਗਿਆਨੀ ਸੰਤ ਸਿੰਘ ਕਹਿੰਦੇ ਨੇ ਕਿ ਕਿਸੇ ਤਰੀਕੇ ਕੱਤਕ ਦੀ ਪੂਰਨਮਾਸ਼ੀ ਨੂੰ ਐਡਾ ਵੱਡਾ ਸਮਾਰੋਹ ਕੀਤਾ ਜਾਏ ਸੇ ਕੌਮ ਦੇ ਵਿੱਚ ਤਾਂ ਕਿ ਉਹ ਜਿਹੜੇ ਲੋਕ ਨੇ ਇੱਧਰ ਆ ਜਾਣ ਦਰਬਾਰ ਸਾਹਿਬ ਵੱਲੋਂ ਤੇ ਉਹਨਾਂ ਨੇ ਜਾਣੇ-ਨਜਾਣੇ ਜਿਹੜੀ ਬਾਲੇਵਾਲੀ ਜਨਮਸਾਖੀ ਸੀ ਹਿੰਦਾਲ ਵਾਲੀ ਉਹਦੇ 'ਚ ਲਿਖੀ ਸੀ ਕੱਤਕ ਦੀ ਪੂਰਨਮਾਸ਼ੀ ਕੱਤਕ ਦੀ ਪੂਰਨਮਾਸ਼ੀ ਨੂੰ ਐਲਾਨ ਕਰ ਦਿੱਤਾ ਜਿਸ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਇਸ ਦਿਨ ਮਨਾਇਆ ਕਰਾਂਗੇ ਭਾਵ ਇਸ ਦਿਨ ਨੂੰ ਸਮਰਪਿਤ ਕਰਦੇ ਆਂ ਭਾਵ ਕੱਤਕ ਦੀ ਪੂਰਨਮਾਸ਼ੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੁਰੂ ਦੀ ਯਾਦ ਵਿੱਚ ਮਨਾਇਆ ਜਾਏਗੀ ਯਾਦ ਵਿੱਚ ਮਨਾंदे ਮਨਾंदे ਹੌਲੀ ਹੌਲੀ ਉਹ ਕੱਤਕ ਦੀ ਪੂਰਨਮਾਸ਼ੀ ਪੱਕੀ ਹੋ ਗਈ ਅੱਜ ਵੀ ਅਸੀਂ ਸਕੂਲਾਂ ਦੇ ਵਿੱਚ ਜਿੱਥੋਂ ਮੈਂ ਪੜਿਆ ਸਕੂਲਾਂ ਦੇ ਵਿੱਚ ਅਸੀਂ 14 ਅਪ੍ਰੈਲ ਪੜਦੇ ਆਏ ਆ ਇੱਕ ਵਿਸਾਖ ਪੜਦੇ ਆਏ ਆ ਅੱਜ ਵੀ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਖੋਲ ਕੇ ਦੇਖ ਲਓ ਤੁਹਾਨੂੰ ਉੱਥੇ ਇੱਕ ਵਿਸਾਖ ਮਿਲੇਗੀ ਤਰੀਕ ਸ਼ਲਮਰੀ ਕਮੇਟੀ ਆਪ ਮੰਦੀ ਏ ਸਾਡੇ ਸਾਰੇ ਸੋਰਸਸ ਮੰਦੇ ਨੇ ਪਰ ਕੱਤਕ ਦੀ ਪੂਨਮਾ ਸਿਆਸੀ ਸ਼ੁਰੂ ਹੋਈ ਜਿਹੜੀ ਅੱਜ ਤੱਕ ਚੱਲ ਰਹੀ ਹੈ ਹੁਣ ਸੁਭਾਵਕ ਚੰਦਰਮਨ ਦੀ ਤਰੀਕ ਹੈ ਹਰ ਸਾਲ ਅੱਗੇ ਪਿੱਛੇ ਤੇ ਹੋਏਗੀ ਹੋਏਗੀ ਜੇ ਇੱਕ ਵਿਸਾਖ ਹੋਏਗਾ ਫਿਰ ਇੱਕ ਵਿਸਾਖ ਹੀ ਰਹੇਗਾ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਨਾ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਤੇ ਗੁਰੂ ਨਾਨਕ ਸਾਹਿਬ ਵਾਲੇ ਪ੍ਰਕਾਸ਼ਪੁਰੂ ਵਾਲੀ ਸਪੋੜੀ ਦੇ ਵਿੱਚ ਅੱਗੇ ਚੱਲ ਕੇ ਕਿਹਾ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਾਖਾ ਵਿਸਾਖਾ ਮੈਨੇ ਵਿਸਾਖੀ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਇੰਦਵਾਲ ਸੇਵ ਸਾਲਾਨਾ ਸਮਾਗਮ ਜਿਹੜਾ ਬੌਲੀ ਸੇਵ ਵਾਸਤੇ ਰੱਖਿਆ ਸੀ ਉਹ ਵੀ ਇੱਕ ਵਿਸਾਖ ਚੁਣਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਸਾਜਣੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵਾਲਾ ਦਿਨ ਚੁਣਿਆ ਇੱਕ ਵਿਸਾਖ ਇਹਦਾ ਮਤਲਬ ਜੇ ਅਸੀਂ ਇੱਕ ਵਿਸਾਖ ਕਵਾਂਗੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਉਹ 14 ਅਪ੍ਰੈਲ ਨੂੰ ਹੀ ਆਏਗਾ ਖੈਰ ਅੱਜ ਦੀ ਜਿਹੜੀ ਇਸ ਸਭਾ ਹੈਗੀ ਹੈ ਇਹ ਜਿਹੜੀ ਕਾਨਫਰੰਸ ਹੈ ਸਤਿਕਾਰਯੋਗ ਸਰਦਾਰ ਜਿੰਦਰ ਸਿੰਘ ਜੀ ਉਨ੍ਹਾਂ ਦੇ ਸਮੂਹ ਸਾਥੀਆਂ ਵੱਲੋਂ ਇਸ ਤਰਜ਼ ਤੇ ਕੀਤੀ ਗਈ ਹੈ ਜਿਵੇਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਦਿਵਸ ਇਕੋ ਮੰਗ ਹੈ ਕਿ ਜਿਹੜੀ ਢੜੇਬੰਦੀ ਬਣੀ ਹੈ ਨਾ ਗੁਰੂ ਸਾਹਿਬ ਦੇ ਪੁਰਬ ਵੀ ਅਸੀਂ ਰਲ ਕੇ ਨਹੀਂ ਮਨਾ ਰਹੇ ਢੜੇਬੰਦੀਆਂ ਬਣ ਰਹੀਆਂ ਨੇ ਇੱਕ ਗੁਰਦੁਆਰਾ ਦੂਜੇ ਗੁਰਦੁਆਰੇ ਨਾਲ ਖਹਿ ਰਹੇ ਐ ਇੱਕ ਗੁਰਦੁਆਰੇ ਦੇ ਪ੍ਰਬੰਧਕ ਆਪਸ ਵਿੱਚ ਲੜ ਰਹੇ ਨੇ ਇੱਕ ਘਰ ਵਿੱਚ ਦੋ ਗੁਰਸਿੱਖ ਭਰਾ ਆਪਸ ਵਿੱਚ ਲੜ ਰਹੇ ਨੇ ਇਹ ਲੜਾਈ ਝਗੜੇ ਖਤਮ ਹੋ ਜਾਣਾ ਤਰੀਕ ਇੱਕੋ ਜਵੇ ਤਾਂ ਕਿ ਸਾਰੀ ਕੌਮ ਮਿਲ ਕੇ ਆਪਣੇ ਪਿਆਰੇ ਗੁਰੂ ਸਵਾਨਾਂ ਦੇ ਪੁਰਬ ਰਲ ਮਿਲ ਕੇ ਮਨਾ ਸਕੇ ਨਾ ਕਿਸਾਲ ਚ ਇੱਕ ਪੁਰਬ ਦੋ ਵਾਰ ਆਵੇ ਇੱਕ ਚ ਇੱਕ ਵਾਰ ਵੀ ਨਾ ਆਵੇ ਸ਼ਹੀਦੀ ਤੇ ਪ੍ਰਕਾਸ਼ ਪੁਰਬ ਵੀ ਇਕੱਠੇ ਹੋਈ ਜਾਣ ਇਦਾਂ ਦੀ ਵੀ ਕੋਈ ਗੱਲ ਨਾ ਹੋਵੇ ਤੀਜੀ ਗੱਲ ਸਰਕਾਰ ਤੋਂ ਅਸੀਂ ਛੁੱਟੀਆਂ ਨਹੀਂ ਮੰਗ ਕਰ ਸਕੀ ਸਾਡੇ ਬੱਚੇ ਸਕੂਲਾਂ ਤੋਂ ਛੁੱਟੀਆਂ ਲੈ ਸਕਣ ਇਦਾਂ ਦੇ ਬਹੁਤ ਸਾਰੇ ਮਸਲੇ ਨੇ ਉਹ ਤਾਂ ਹੱਲ ਹੋਣਗੇ ਜੇ ਗੁਰਪੁਰਬ ਦੀ ਤਰੀਖ ਇੱਕ ਹੋਏਗੀ ਸਾਡੇ ਕੌਮੀ ਵਿਦਵਾਨਾਂ ਨੂੰ ਹੁਣ ਇੱਕ ਤਰੀਕ ਕਰ ਲੈਣੀ ਚਾਹੀਦੀ ਹੈ ਜਿਸ ਸਮੇਂ ਦੇ ਹਾਣੀ ਬਣ ਕੇ ਚੰਦਾ ਹੈ ਨੇ ਆਪਣੇ ਵਿਚਾਰ ਇਥੇ ਸੋਚਨਾ ਅੱਜ ਗਲਾ ਥੋੜਾ ਜਿਹਾ ਖਰਾਬ ਸੀ ਮੇਰਾ ਫਿਰ ਵੀ ਹਾਜ਼ਰੀ ਭਰੀ ਇੰਨੀ ਅਹੀ ਬੰਤੀਆ ਪ੍ਰਮਾਨ ਮਿਲ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ